ਮੇਰੀ ਜ਼ਾਤੀ ਰਾਏ ਨੂੰ ਇੰਨਾ ਪਕੜ ਕੇ ਕਿਉਂ ਚੱਲਣ ਦੀ ਲੋੜ ਹੈ? ਸ਼ਰਾਰਤੀ ਤਾਂ ਸਭ ਜਗ੍ਹਾ ਤੇ। ਹਿੰਦੀ ਭਾਸ਼ਾ ਦੀ ਹਿਮਾਇਤ ਕਰਨ ਤੋਂ ਬਾਅਦ ਲਗਾਤਾਰ ਵਿਰੋਧ ਚੱਲ ਰਹੇ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੇ ਵਤਨ ਭਾਰਤ ਜਾ ਚੁੱਕੇ ਨੇ, ਜਿੱਥੇ ਕਿ ਉਹ ਅੱਜ ਨਕੋਦਰ ਪੁੱਜੇ ਅਤੇ ਇੱਕ ਵਾਰ ਫਿਰ ਹਿੰਦੀ ਭਾਸ਼ਾ ਦੀ ਹਿਮਾਇਤ ਕੀਤੇ ਜਾਣ ਤੇ ਉਹਨਾਂ ਨੇ ਆਪਣਾ ਇੱਕ ਵੱਡਾ ਬਿਆਨ ਦਿੱਤਾ। ਪੰਜਾਬੀ ਗਾਇਕ ਗੁਰਦਾਸ ਮਾਨ ਦਾ ਕਹਿਣਾ ਸੀ ਕਿ ਹਿੰਦੀ ਭਾਸ਼ਾ ਦੀ ਹਿਮਾਇਤ ਕਰਨਾ ਉਹਨਾਂ ਦੀ ਆਪਣੀ ਇੱਕ ਨਿੱਜੀ ਰਾਏ ਹੈ ਅਤੇ ਇਸ ਨੂੰ ਲੈ ਕੇ ਦੂਜੇ ਲੋਕਾਂ ਨੂੰ ਵਿਵਾਦ ਨਹੀਂ ਕਰਨਾ ਚਾਹੀਦਾ। ਆਓ ਦੇਖੋ ਇਸ ਰਿਪੋਰਟ ਦੇ ਵਿੱਚ ਗੁਰਦਾਸ ਮਾਨ ਦੇ ਵੱਲੋਂ ਦਿੱਤਾ ਗਿਆ ਵੱਡਾ ਬਿਆਨ। ਮੈਂ ਸਾਰਿਆਂ ਨੂੰ ਇਹ ਹਮੇਸ਼ਾ, ਮੈਂ ਕੱਲ੍ਹ ਵੀ ਉਤਰਿਆ ਸੀਗਾ ਉਹ ਦੇਖਿਆ ਸੀਗਾ ਕਿ ਰੱਬ ਸਭ ਨੂੰ ਰਾਜ਼ੀ ਰੱਖੇ, ਰੂਹ ਤਾਜ਼ੀ ਰੱਖੇ ਔਰ ਹਮੇਸ਼ਾ ਖੁਸ਼ੀ ਔਰ ਖੁਸ਼ਹਾਲੀ ਰਹੇ, ਏਕਾ ਇਤਫਾਕ ਪਿਆਰ ਮੁਹੱਬਤ ਬਣਿਆ ਰਹੇ। ਇਹ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਕੁਛ ਨਹੀਂ ਰੱਖਿਆ। ਮੇਰੀ ਜ਼ਾਤੀ ਰਾਏ ਹੈ, ਮੇਰੀ ਜ਼ਾਤੀ ਰਾਏ ਨੂੰ ਇੰਨਾ ਪਕੜ ਕੇ ਕਿਉਂ ਚੱਲਣ ਦੀ ਲੋੜ ਹੈ? ਬਾਬਾ ਹੈ ਸਭ ਨੂੰ ਸਮੱਤ ਬਖਸ਼ੇ, ਸਦਬੁੱਧੀ ਬਖਸ਼ੇ, ਸਦਭਾਵਨਾ ਬਖਸ਼ੇ। ਸ਼ਰਾਰਤੀ ਤਾਂ ਸਭ ਜਗ੍ਹਾ ਤੇ। ਨਿਸ਼ਾ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI। ਹਰ ਸਮੱਸਿਆ ਦਾ ਗਰੰਟੀ ਨਾਲ ਘਰ ਬੈਠੇ ਸਮਾਧਾਨ ਕਰਾਓ। ਗੁਰੂ ਰਾਮਾਨੰਦ ਪੰਡਿਤ ਜੀ, ਗੋਲਡ ਮੈਡਲਿਸਟ, ਵਰਲਡ ਫੇਮਸ। ਮਨ ਚਾਹੇ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਮਨ ਪਸੰਦ ਪ੍ਰੇਮ ਵਿਵਾਹ, ਵਿਛੜਿਆ ਪਿਆਰ ਪਾਣਾ ਹੋਵੇ, ਕਾਰੋਬਾਰ, ਨੌਕਰੀ ਵਿੱਚ ਪਰੇਸ਼ਾਨੀ, ਸਰੀਰਿਕ ਕਸ਼ਟ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਬੱਚਿਆਂ ਦਾ ਕਹਿਣ ਤੋਂ ਬਾਹਰ ਹੋਣਾ, ਪੜ੍ਹਾਈ ਵਿੱਚ ਮਨ ਨਾ ਲੱਗਣਾ, ਵਿਦੇਸ਼ 'ਚ ਪੱਕੇ ਹੋਣ ਲਈ ਪੀਆਰ ਲਈ ਫੋਨ ਕਰੋ। ਸਪੈਸ਼ਲਿਸਟ, ਲੋਟਰੀ ਨੰਬਰ, ਧਨਵਾਨ ਬਣੋ। ਪਤੀ ਪਤਨੀ ਵਿੱਚ ਅਨਬਨ, ਸੱਸ ਬਹੂ ਵਿੱਚ ਕਲੇਸ਼, 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ। ਲੱਖਾਂ ਲੋਕ ਇਸ ਦਾ ਲਾਭ ਲੈ ਚੁੱਕੇ ਨੇ। ਚਾਰੋ ਪਾਸੋਂ ਨਿਰਾਸ਼ ਵਿਅਕਤੀ ਇੱਕ ਵਾਰ ਫੋਨ ਜ਼ਰੂਰ ਕਰਨ।